ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ। ਲੰਘੇ ਧਿਆਨ ਨਾਲ ਵੇਖਿਓ ਭੀੜ ਭੜਕਾ ਬੜਾ ਜੇ। ਹੋਰ ਸੁਣਾਓ ਕੀ ਹਾਲ ਆ? ਬਹੁਤ ਚਾਵਲਾ ਸਾਹਿਬ ਕੰਮ ਬਿਲਕੁਲ ਹੀ। ਪਟਿਆਲੇ ਵਾਲਾ ਦਾ ਕੀ ਹਾਲ ਚਾਲ ਆ? ਹਰਮਿੰਦਰ ਨੇ ਕਿਹਾ ਕਿ ਆਪਣੀ ਸਮਝ ਨਾਲ ਬਣਾਈ ਤੇ ਸਰਕਾਰ ਚਲਾਈ। ਹਾਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕਮਾਲ ਕੀਤੀ ਹੈ ਨਾ ਇਹ ਗੱਲ ਕਹਿ ਕੇ, ਤਾਂ ਉਹਨੇ ਨਵੀਂ ਗੱਲ ਛੇੜ ਕੇ ਚਰਚਾ ਕੀ। ਮੈਂ ਆਪਣੇ ਤਰੀਕੇ ਨਾਲ ਸਰਕਾਰ ਬਣਾਈ ਸੀ ਤੇ ਆਪਣੇ ਤਰੀਕੇ ਨਾਲ ਇਹ ਸਰਕਾਰ ਚਲਾਈ ਵੀ ਹੈ ਗੱਲ। ਅਮਰਿੰਦਰ ਸਿੰਘ ਬੜੇ ਕਮਾਲ ਦੀ ਗੱਲ ਕੀਤੀ ਇਹਨਾਂ ਨੇ। ਚਲੋ ਐਵੇਂ ਸਿੰਘ ਵੀ ਗੱਲ ਤਾਂ ਖੈਰ ਕਰਨੀ ਚਾਹੀਦੀ ਹੈ। ਹੁਣ ਉਹ ਪੋਲੀਟਿਕਸ ਦੀ ਨਵੀਂ ਪਾਰੀ ਖੇਡਣ ਲੱਗੇ ਆ, ਉਹ ਨਵੀਂ ਪਾਰਟੀ ਬਣਾਉਣ ਲੱਗੇ ਆ, ਤੇ ਇਹੋ ਜਿਹੀਆਂ ਗੱਲਾਂ ਤਾਂ ਫਿਰ ਉਹ ਕਰਨ। ਮੈਂ ਸਮਝਦਾਰ ਸੀਗਾ, ਸਮਝਦਾਰੀ ਨਾਲ ਪਾਰਟੀ ਬਣਾ ਕੇ ਮੈਂ ਅੱਗੇ ਵਧਿਆ ਹੈਗਾ ਤੇ ਸਰਕਾਰ ਚਲਾਈ ਵੀ ਤਰੀਕੇ ਨਾਲ ਅੱਛੇ ਤਰੀਕੇ ਨਾਲ ਚਲਾਈ ਆ। ਪਾਰਟੀ ਤੇ ਕਾਂਗਰਸ ਦੀ ਸੀ, ਪਾਰਟੀ ਤੇ ਕਾਂਗਰਸ ਸੀ, ਪਾਰਟੀ ਆਪਣੀ ਥੋੜੀ ਬਣਾਈ। ਹੁਣ ਤਾਂ ਆਪਣੀ ਬਣਾਉਣੀ ਆ, ਹੁਣ ਆਪਣੀ ਬਣਾਉਣੀ ਆ ਨਾ। ਹੁਣ ਪਤਾ ਲੱਗਿਆ ਨਾ ਕੀ ਹੈਗਾ, ਕੈਪਟਨ ਸਾਹਿਬ ਕੀ ਕਰਦੇ ਆ ਕੀ ਨਹੀਂ ਕਰਦੇ। ਅੱਛਾ ਸਭ ਤੋਂ ਵੱਡੀ ਗੱਲ, ਚਲੋ ਇਹ ਤਾਂ ਹੁਣ ਉਹਨਾਂ ਦੇ ਜਿਹੜੇ ਟਕਸਾਲੀ ਅਕਾਲੀਆਂ ਦਾ ਜ਼ਿਕਰ ਕੀਤਾ ਸੀ, ਜਿਹੜੇ ਖਿੰਡੇ ਹੋਏ, ਉਹਨਾਂ ਨੇ ਆਪੋ ਆਪਣੇ ਤੀਰ ਕੱਢ ਲਏ ਨੇ ਵੀ ਕੈਪਟਨ ਸਾਹਿਬ ਨਹੀਂ, ਇੱਧਰ ਮਾਝੇ ਵਾਲੇ ਤਗੜੇ ਹੋ ਕੇ ਪਏ ਹੋਏ ਨੇ, ਮਾਝੇ ਦਾ ਜਰਨੈਲ ਭਾਵੇਂ ਕਿ ਹੁਣ ਸ਼ੇਰ ਬੁੱਢਾ ਆ ਜਾਵੇ, ਸ਼ੇਰ ਤੇ ਸ਼ੇਰ ਹੀ ਰਹਿੰਦਾ। ਹਾਂਜੀ ਬ੍ਰਹਮਪੁਰਾ ਸਾਹਿਬ ਉਹਨਾਂ ਦੀ ਦੁਹਾੜ, ਉਸ ਤੋਂ ਬਾਅਦ ਤੁਹਾਡੇ ਢੀਂਡਸਾ ਸਾਹਿਬ, ਉਸ ਤੋਂ ਬਾਅਦ ਹੋਰ ਵੀ ਜਿਹੜੇ ਨੇ, ਜਿਹੜੇ ਕਹਿੰਦੇ ਨੇ ਕਿ ਸਾਡੀਆਂ ਸੁਰਾਂ ਭਾਈ ਤੁਹਾਡੇ ਨਾਲ ਨਹੀਂ ਰਲਦੀਆਂ, ਅਸੀਂ ਤਾਂ ਜੇ ਕਿਸਾਨਾਂ ਦੇ ਹੱਥ ਦੇ ਵਿੱਚ ਹਾਂ, ਘਰ ਵਾਪਸੀ ਭਾਵੇਂ ਹੋ ਜਾਵੇ ਗੱਲ ਵੱਖਰੀ ਹੈ। ਪਰ ਸੁਖੀ ਰੰਧਾਵੇ ਨੇ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਕੀਤੀ ਹੈ, ਉਹ ਤਾਂ ਤੁਹਾਡਾ ਵੀ ਨਜ਼ਰੀਆ ਲੈ ਲਈਏ। ਚਾਵਲਾ ਸਾਹਿਬ ਸੁਖੀ ਰੰਧਾਵੇ ਤਾਂ ਖੈਰ ਮੈਂ ਸੁਣ ਰਿਹਾ ਸੀ ਪੱਟੀਆਂ ਦੀ ਗੱਲ ਸਾਰੀ, ਉਹਨੂੰ ਸੁਣਾ ਤੇ ਸਾਰੀ ਤੇ। ਵੈਸੇ ਗੱਲ ਇੱਕ ਸਿੱਧੀ ਸਪਸ਼ਟ ਜੀ ਗੱਲ ਮੈਂ ਕਰਨਾ ਚਾਹੁੰਦਾ ਕਿ ਬਹੁਤ ਬੇਬਾਕੀ ਨਾਲ ਬੋਲਿਆ ਰੰਧਾਵਾ ਸਾਹਿਬ, ਇੰਨੀ ਬੇਬਾਕੀ ਜਿਹੜੀ ਹੈਗੀ ਆ ਸਪਸ਼ਟ ਕਰ ਗਈ ਆ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਵਿੱਚ ਉਹਨੂੰ ਕੋਈ ਟਿਕਾਣਾ ਰਹਿ ਨਹੀਂ ਗਿਆ ਤੇ ਹੁਣ ਉਹਨਾਂ ਦਾ ਕਾਂਗਰਸ ਵਿੱਚ ਤੇ ਰਹਿਣਾ ਠੀਕ ਨਹੀਂ ਹੈਗਾ। ਮੇਰੇ ਖਿਆਲ ਚ ਇਹ ਵੀ ਇਹਨਾਂ ਦੇ ਫੈਸਲਾ ਕਰੀ ਲਿਆ ਪੰਜਾਬ ਕਾਂਗਰਸ ਵਾਲੇ ਆਗੂਆਂ ਨੇ ਕਿ ਕੈਪਟਨ ਸਾਹਿਬ ਨੂੰ ਹੁਣ ਆਪਾਂ ਨੇ ਰੱਖਣਾ ਨੀ ਹੈਗਾ। ਬੜਾ ਲੰਮਾ ਸੁਣਾਇਆ ਇਤਿਹਾਸ ਉਹਨੇ ਆਪਣਾ, ਜਿਹੜਾ ਕਿ ਕੈਪਟਨ ਦੇ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਜਵਾਬ ਕੀਤੇ ਆ, ਉਹਨੇ ਦਿੱਤੇ ਆ ਪੱਤਰਕਾਰਾਂ ਦੇ ਤੋਂ, ਤੇ ਬੜੀ ਲੰਮੀ ਪ੍ਰੈਸ ਕਾਨਫਰੰਸ ਸੱਦੀ ਗਈ ਆ, ਪਹਿਲੀ ਪ੍ਰੈਸ ਕਾਨਫਰੰਸ ਸੀ ਇਹਦੀ। ਪਰ ਜੋ ਜਿਸ ਤਰੀਕੇ ਦੇ ਨਾਲ ਗ੍ਰਹਿ ਮੰਤਰੀ ਬਣ ਤੋਂ ਬਾਅਦ ਪਹਿਲੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੋਤੜੇ ਖੋਲੇ ਆ, ਉਹਦੇ ਵਿੱਚ ਕੋਈ ਗਲਤ ਬੋਲਿਆ ਵੀ ਨਹੀਂ ਉਹਨਾਂ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਰਾਜਨੀਤੀ ਨੂੰ ਜਾਣਦੇ ਨੇ, ਕਿਵੇਂ ਇਹਨਾਂ ਨੇ ਦਰਬਾਰ ਸਾਹਿਬ ਤੋਂ ਬਾਅਦ ਅਸਤੀਫਾ ਦਿੱਤਾ, ਕਿਵੇਂ ਅਕਾਲੀ ਦਲ ਦੇ ਵਿੱਚ ਆਏ, ਦਾਲ ਨਹੀਂ ਗਲੀ, ਕਿਵੇਂ ਫਿਰ ਮਤਲਬ ਵਾਪਸ ਗਏ, ਕਿਵੇਂ ਫਿਰ ਜਹਿਦਾ ਟੋੜਾ ਸਾਹਿਬ ਦਾ ਨਿਰੰਕਾਰੀ ਭਵਨ ਦੇ ਵਿੱਚ ਖੁਲਾਸਾ ਕਰਨ ਤੋਂ ਬਾਅਦ ਹੀਰੋ ਬਣਦੇ ਨੇ, ਕਿਵੇਂ ਫਿਰ ਉਹ ਬੀਬੀ ਰਜਿੰਦਰ ਕੌਰ ਭੱਠਲ ਨੂੰ ਠਿੱਬੀ ਲਾਉਂਦੇ ਨੇ, ਕਿਵੇਂ ਗਾਂਹ ਵੱਧਦੇ ਨੇ, ਇਹ ਸਾਰਾ ਇਹ ਤਾਂ ਜਵਾਬ ਦੇਣਾ ਚਾਹੀਦਾ ਕੈਪਟਨ ਸਾਹਿਬ ਨੂੰ, ਵਨ ਬਾਏ ਵਨ, ਪੁਆਇੰਟ ਟੂ ਪੁਆਇੰਟ। ਚਲੋ ਵਾਪਸ ਮੁੜੀ ਜਵਾਬ ਵੈਸੇ ਜਵਾਬ ਤਾਂ ਦੇਣਾ ਹੀ ਚਾਹੁੰਦਾ ਸਾਹਿਬ, ਇਹ ਤਾਂ ਨੀ ਗੱਲ ਨਾ ਹੋਵੇ। ਦੇਖੋ ਰੂਸਾ ਆਰਮ ਦਾ ਸਭ ਤੋਂ ਵੱਡੀ ਗੱਲ ਆ, ਉਹ ਕਹਿੰਦੇ ਵੀ ਇਹ ਇੱਕ ਆਪਣੇ ਆਪ ਚ ਬਹੁਤ ਵੱਡਾ ਬੰਬ ਹੈ ਚਾਵਲਾ ਸਾਹਿਬ, ਕਿ ਉਹ ਕਹਿੰਦੇ ਆ ਕਿ ਉਹਨਾਂ ਦੇ ਘਰ ਰੂਸਾ ਆਲਮ ਬੈਠੀ ਆ ਲੰਮੇ ਸਮੇਂ ਤੋਂ। ਕਹਿੰਦਾ ਕਮਾਲ ਦੀ ਗੱਲ ਆ, ਪਾਕਿਸਤਾਨ ਦੀ ਹੈਗੀ ਆ, ਜਿਹੜੇ ਦਫ਼ਤਰ ਦੇ ਨਾਲ ਉਹਦੀ ਕੋਠੀ ਦੇ ਨਾਲ ਦੀ ਕੋਠੀ ਰਹਿੰਦੀ ਰਹੀ ਆ ਉਹ, ਤੇ ਕਿੱਦਾਂ ਕਿਹੜੇ ਅਧਿਕਾਰ ਤਹਿਤ ਰਹਿੰਦੀ ਰਹੀ ਆ ਉਹ, ਤੇ ਉਹਨੇ ਸਿੱਧੇ ਕਿ ਕਹਿੰਦੇ ਵੀ ISI ਇੱਥੇ ਭੇਜ ਰਹੀ ਆ ਬੰਬ, ਟੀਰਨ ਬੰਬ ਭੇਜ ਰਹੀ ਆ ਤੇ ਹੋਰ ਭੇਜ ਰਹੀ ਆ। ਕਹਿੰਦਾ ਕਿੱਦਾਂ ਆ ਗਏ ਉਹ ਇਹਦਾ ਮਤਲਬ ਕਿਤੇ ਕਹਿੰਦਾ ਟੁੱਟੀ ਤੋਂ ਚਗਾੜ ਪੱਟ ਲਈ, ਯਾਰੀ ਲੱਗੀ ਤੋਂ ਲਗਾ ਤੇ ਤਖਤੇ ਤੇ ਟੁੱਟੀ ਤੋਂ ਚਗਾੜ ਪੱਟ ਲਈ। ਹੁਣ ਚਗਾਠਾ ਪੱਟਣ ਤੇ ਲੱਗੇ ਹੋਏ ਨੇ ਵੀ ਸਾਢੇ ਚਾਰ ਸਾਲ ਰੂਸਾ ਆਲਮ ਦੀ ਸਰਕਾਰ ਦੇ ਵਿੱਚ ਚਾਬੰਦੀਆਂ ਵੀ ਚਲਾ ਕੇ ਗਈ ਆ, ਉਦੋਂ ਬੋਲੇ ਨੀ। ਚਲੋ ਖੈਰ ਐਨੀਵੇ, ਜਿਹੜੇ ਬੋਲੇ ਉਦੋਂ ਵੀ ਬੋਲੇ, ਮਾੜਾ ਮੋਟਾ ਘੁਸਰ ਮੁਸਰ ਮੀਡੀਆ ਵੀ ਕਰਦਾ ਰਿਹਾ। ਆਓ ਆਪਾਂ ਨਿਹੰਗ ਸਿੰਘਾਂ ਵਾਲੇ ਵਾਪਸ ਨੂੰ ਮੁੜਦੇ ਹਾਂ ਵਾਪਸ। ਨਿਹੰਗ ਵੱਲੋਂ ਮਾਰੇ ਗਏ, ਕਤਲ ਕੀਤੇ ਗਏ ਲਖਬੀਰ ਸਿੰਘ, ਨਵਾਂ ਵੀਡੀਓ ਜਾਰੀ ਕੀਤਾ ਨਿਹੰਗ ਸਿੰਘ ਦਮਨਜੀਤ ਸਿੰਘ ਨੇ, ਇਹਦੇ ਉੱਤੇ ਤੁਹਾਡਾ ਕੀ ਨਜ਼ਰੀਆ? ਕੁਝ ਕਿਉਂਕਿ ਪਲ ਪਲ ਦੇ ਬਾਅਦ ਤਾਂ ਸੋਸ਼ਲ ਨੈਟਵਰਕ ਮੀਡੀਆ ਦੇ ਵਿੱਚ ਜੋ ਲੀਡ ਲੈਣਾ ਚਾਹੁੰਦਾ, ਖਬਰ ਸੱਚੀ ਹੋਵੇ ਝੂਠੀ ਹੋਵੇ, ਸ਼ੇਅਰ ਕਰਨ ਲੱਗਿਆ ਸਾਡੇ ਵਰਗੇ ਮਹਾਂਮਥੀ ਵੀ, ਮਹਾਂਰਥੀ ਜਿਹੜੇ ਬੈਠੇ ਨੇ, ਉਹ ਵੀ ਨਹੀਂ ਵੇਖਦੇ ਵੀ ਸੱਚੀ ਆ ਜਾਂ ਝੂਠੀ ਆ, ਚੱਕ ਦਿਓ ਬਸ ਵੀ ਲੀਡ ਲੈ ਲਈਏ। ਹਾਂਜੀ ਕੌਮੀ ਅਖਬਾਰ ਹੈਗਾ ਚਾਵਲਾ ਸਾਹਿਬ ਹਿੰਦੀ ਦਾ, ਜਿਸਨੇ ਇਹ ਵੀਡੀਓ ਸ਼ੇਅਰ ਕੀਤੀ ਆ, ਤੇ ਉਸ ਵੀਡੀਓ ਨਾਲ ਖਬਰ ਵੀ ਨਾਲ ਉਹਨੇ ਆਪਣੀ ਪਾਈ ਹੈ, ਜੋ ਨਿਹੰਗ ਸਿੰਘ ਦੇ ਸਾਹਮਣੇ ਲਖਬੀਰ
ਪਿਆ ਹੈਗਾ ਉਹਦੇ ਉਹਦਾ ਕੋਈ ਅੰਗ ਨੀ ਵੱਢਿਆ ਹੋਇਆ ਉਸ ਵੇਲੇ ਹਾਂ ਤੇ ਕਸ਼ਹਿਰਾ ਕਸ਼ਹਿਰਾ ਪਾਇਆ ਉਹਨੇ ਉਹਦਾ ਕੋਈ ਅੰਗ ਨੀ ਵੱਢਿਆ ਹੋਇਆ ਨਾ ਉਹਦਾ ਕੋਈ ਹੱਥ ਸੱਟ ਲੱਗੀ ਹੈ ਨਾ ਸੱਟ ਕਿਤੇ ਲੱਗੀ ਹੋਈ ਆ ਉਹ ਬੈਠਾ ਦੇਖੀ ਜਾਂਦਾ ਉਹਨੂੰ ਪੁੱਛ ਰਿਹਾ ਵੀ ਤੂੰ ਕਿਥੋਂ ਕਿੱਥੋਂ ਆਇਆ ਕਹਿੰਦਾ ਕਹਿੰਦਾ ਜੀ ਮੇਰੇ ਨਾਲ ਹੋਰ ਬੰਦੇ ਮੇਰਾ ਇੱਕ ਸਾਥੀ ਵੀ ਹੈਗਾ ਉਹਦਾ ਮੋਬਾਇਲ ਨੰਬਰ ਵੀ ਸ਼ੇਅਰ ਕਰਦਾ ਮੇਰਾ ਮੋਬਾਇਲ ਇਹ ਮੇਰੇ ਸਾਥੀ ਦਾ ਮੋਬਾਇਲ ਨੰਬਰ ਹੈਗਾ ਉਹਨਾਂ ਨੇ ਮਹਿੰਗਾ ਨੇ ਮੋਬਾਇਲ ਨੰਬਰ ਲਿਖਣ ਵਾਸਤੇ ਵੀ ਕਹਿੰਦੇ ਲਿਖੋ ਨੁੜਕੋ ਨੁੜ ਗਈ ਮੋਬਾਇਲ ਨੰਬਰ ਇਹ ਕਰਦਾ ਉੱਥੇ ਉਹ ਸਾਰਾ ਕੁਛ ਤੇ ਕਰਕੇ ਫਿਰ ਉਹ ਬਾਅਦ ਵਿੱਚ ਉਹ ਸਾਰਾ ਕੁਛ ਪੁੱਛਪੱਛ ਕਰਕੇ ਵੀ ਹਾਂ 30,000 ਰੁਪਇਆ ਮੈਨੂੰ ਮਿਲਿਆ ਹੈਗਾ ਤੇ ਉਹ ਮੰਨਦਾ ਵੀ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਅਸੀਂ ਆਏ ਸੀਗੇ ਤੇ ਉਹ ਇਸ ਗੱਲ ਤੇ ਮੰਨਦਾ ਵੀ ਹੈਗਾ ਉਹ ਬੰਦਾ ਇਹ ਨਿਹੰਗ ਸਿੰਘ ਵੱਲੋਂ ਜਾਰੀ ਕੀਤੀ ਜਿਹੜੀ ਵੀਡੀਓ ਹੈਗੀ ਤਬਲਾ ਸਭ ਕਾਫੀ ਖੁਲਾਸੇ ਕਰਦੀ ਆ ਅਹਿਮ ਖੁਲਾਸੇ ਕਰਦੀ ਆ ਕਿ ਬੰਦਾ ਪਹਿਲਾਂ ਨੀ ਮਾਰਿਆ ਉਹਨਾਂ ਨੇ ਉਹ ਸੌਂਗਣਾ ਬੰਨਿਆ ਪਹਿਲਾਂ ਉਹ ਬੰਦਾ ਨੇ ਉਹਦੀ ਅਚਾਨਕ ਨੀ ਮਾਰਤਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਉਹ ਪੋਥੀ ਚੱਕੀ ਜਾ ਰਿਹਾ ਤੇ ਚੁੱਕੇ ਮਾਰਿਆ ਬਾਘੀ ਨੇ ਮਾਰੀ ਕਿਰਪਾਨ ਤੇ ਉਹਨੂੰ ਉਹਨੂੰ ਉਹਦਾ ਗੁੱਟ ਵੜਤਾ ਤੇ ਫਿਰ ਉਹਦੀ ਉਹਦਾ ਆਪਣਾ ਲੱਤ ਵੜਤੀ ਏਦਾਂ ਨੀ ਹੋਇਆ ਹੈਗਾ ਇਹ ਵੀਡੀਓ ਸਪਸ਼ਟ ਕਰ ਗਈ ਆ ਕਿ ਇਹਨਾਂ ਨੇ ਪਹਿਲਾਂ ਫੜਿਆ ਉਹਨੂੰ ਤੇ ਬੰਨਿਆ ਉਹਨੂੰ ਤੇ ਬੰਨ ਕੇ ਉਹਨੂੰ ਸੰਗਾਂ ਨਾਲ ਬੰਨ ਕੇ ਤੇ ਨੰਗਾ ਕੀਤਾ ਉਹਨੂੰ ਕਸ਼ਹਿਰਾ ਰਹਿਣ ਦਾ ਉਹਦਾ ਤੇ ਨੰਗਾ ਕਰਕੇ ਫਿਰ ਉਸ ਦੀ ਕੁੱਟਮਾਰੀ ਬੜੇ ਮੋਟੇ ਕੀਤੀ ਹੋਣੀ ਤੇ ਉਹਨੂੰ ਪੁੱਛਗਿੱਛ ਕੀਤੀ ਹੈ ਵੀਡੀਓ ਬਣਾਈ ਹੈ ਉਹਦੀ ਤੇ 47 ਸੈਕਿੰਡ ਦੀ ਵੀਡੀਓ ਆ ਜਿਹੜੀ ਸ਼ੇਅਰ ਕੀਤੀ ਉਹਨਾਂ ਨੇ ਇਹ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਵੀਡੀਓ ਵਿੱਚ ਇਹ ਤੋਂ ਵੱਧ ਜ਼ਿਆਦਾ ਹੋ ਸਕਦੀ ਆ ਇੱਕ ਵੀਡੀਓ ਆਈ ਇਸ ਵੀਡੀਓ ਵਿੱਚ ਤਾਂ ਸਪਸ਼ਟ ਹੀ ਹੋਗਾ ਨਾ ਕਿ ਉਹ ਬੰਦਾ ਆਉਂਦਾ ਤੇ ਉਹਨੇ ਮੰਨ ਗਿਆ ਵੀ ਹਾਂ ਬੇਅਦਬੀ ਕੀਤੀ ਆ ਬੇਅਦਬੀ ਕਰਨ ਦੇ ਸਾਰੇ ਖੁਲਾਸੇ ਕਰਨ ਤੋਂ ਬਾਅਦ ਨਿਹੰਗਾਂ ਨੇ ਮਾਰਿਆ ਉਹਨੂੰ ਤੇ ਉਹਨੂੰ ਉਹਦਾ ਕਤਲ ਕੀਤਾ ਇੱਕ ਨਿਹੰਗ ਨੇ ਮਾਰਿਆ ਕਿ ਜੇ ਬੰਦਾ ਕਹਿ ਦੇ ਵੀ ਆਪਣਾ ਜੀ ਸਰਜੀਤ ਸਿੰਘ ਨੇ ਮਾਰਤਾ ਉਹਨੇ ਜਾਂ ਹੁਣ ਆਪਾਂ ਗੱਲ ਕਰਦੇ ਰਹੇ ਅਮਨ ਦੀ ਅਮਨ ਕਹਿੰਦੇ ਪੁਲਿਸ ਵਿੱਚ ਆਏਗਾ ਉਹ ਤਾਂ ਪੁਲਿਸ ਵਿੱਚ ਗਿਆ ਹੀ ਨੀਗਾ ਉਹਦਾ ਬਾਹਰ ਹੀ ਫਿਰਦਾ ਨਿਹੰਗ ਅਮਨ ਸਿੰਘ ਤਾਂ ਬਾਹਰ ਹੀ ਫਿਰਦਾ ਤਾਂ ਪੁਲਿਸ ਚ ਗਿਆ ਹੀ ਨੀਗਾ ਤੇ ਗਿਆ ਸਰਬਜੀਤ ਸਿੰਘ ਆ ਉੱਥੇ ਤੇ ਉਹ ਤਾਂ ਆਪਣੇ ਬਾਹਰੀ ਦਮਗਜੀ ਮਾਰਦਾ ਫਿਰਦਾ ਕਿ ਆਓ ਸਾਹਮਣੇ ਢੱਡਰੀਆਂ ਵਾਲੇ ਨੂੰ ਚੈਲੰਜ ਕਰੀ ਜਾਂਦਾ ਤੇ ਉਹ ਵੈਸੇ ਕਹਿੰਦਾ ਵੀ ਸੀ ਮਾਰਿਆ ਤੇ ਉਹਨੂੰ ਸਮਝ ਤੋਂ ਬਾਹਰ ਆ ਵੀ ਇਹ ਇੱਕ ਨਿਹੰਗ ਸਿੰਘ ਦਾ ਗੱਲ ਹੈ ਨੀ ਗੀ ਕਾਫੀ ਆਲੇ ਇਕੱਠੇ ਹੋਏ ਹੋਣਗੇ ਨਿਹੰਗ ਸਿੰਘ ਜੀ ਜੀ ਤੇ ਜਿਨ੍ਹਾਂ ਦੇ ਮੌਕੇ ਸਾਰਾ ਵੀਡੀਓ ਦੱਸਦੀ ਆ ਜੀ ਵੈਸੇ ਤਾਂ ਸਰਸੇ ਵਾਲੇ ਸਾਧ ਨੇ ਵੀ ਰਣਜੀਤ ਦਾ ਕਤਲ ਨਹੀਂ ਕੀਤਾ ਉਹਦੀ ਸ਼ਹਿ ਦੇ ਉੱਤੇ ਹੋਇਆ ਉਹਦੇ ਇਸ਼ਾਰੇ ਦੇ ਉੱਤੇ ਹੋਇਆ ਉਹਦੇ ਹੁਕਮ ਦੇ ਨਾਲ ਹੋਇਆ ਹਨਾ ਪਰ ਬੀਬੀ ਚਾਵਲਾ ਸਾਹਿਬ ਜਿਹੜਾ ਜਿਹੜਾ ਆਪਣਾ ਕੇਰ ਸਿੰਘ ਹੈਗਾ ਨਾ ਕੇਰ ਸਿੰਘ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਕੇਰ ਸਿੰਘ 120 ਵਿੱਚ ਫਾਂਸੀ ਹੋਈ ਆ ਉਹਨੂੰ ਜੀ ਹੁਣ 120 ਦਾ ਕੇਸ ਕਿਹਦੇ ਕਿਹਦੇ ਤੇ ਕਹਿੰਦੇ ਸ਼ਰੇਆਮ ਜਿਹੜਾ ਐਸਪੀ ਦੇ ਸਾਹਮਣੇ ਪੇਸ਼ ਹੋ ਕੇ ਕਹਿੰਦਾ ਕਿ ਮੇਰੇ ਉੱਥੇ ਪਹੁੰਚਣ ਤੇ ਉਹ ਤੜਫਦਾ ਪਿਆ ਸੀ ਤੇ ਮੈਂ ਕਿਹਾ ਜਿੰਦਾ ਹੀ ਆ ਜੀ ਮਤਲਬ ਕਹਿਣ ਤੋਂ ਭਾਵ ਕੀ ਆ ਵੀ ਇਹਦਾ ਕੰਮ ਕਰੋ ਤੇ ਜਿਹੜਾ ਇਹ ਅਮਨ ਨਿਹੰਗ ਅਮਨ ਸਿੰਘ ਕਹਿ ਰਹੇ ਨੇ ਕਿ ਅਸੀਂ ਮਾਰਿਆ ਤੇ ਫਿਰ ਤਾਂ ਮਤਲਬ ਅਸੀਂ ਮਾਰਿਆ ਦੇ ਵਿੱਚ ਤੁਸੀਂ ਇਨਵੋਲਵ ਤੁਹਾਡੀ ਸਾਜਿਸ਼ ਹੈ ਨੰਬਰ 3 ਇੱਕ ਵੀਡੀਓ ਸ਼ਾਇਦ ਕਿਤੇ ਕੋਈ ਸੱਜਣ ਭੱਦਰ ਪੁਰਸ਼ ਕੋ ਕਿਤੇ ਹੋਵੇ ਇੱਕ 2 ਹਫ਼ਤੇ ਪਹਿਲਾਂ ਇਸ ਕਤਲ ਤੋਂ ਪਹਿਲਾਂ ਇੱਕ ਨਿਹੰਗ ਸਿੰਘ ਕਹਿੰਦਾ ਕਿ ਗੁਰੂ ਦੀ ਬੇਅਦਬੀ ਕਰਨ ਵਾਲਾ ਸਾਡੇ ਕਬਜ਼ੇ ਦੇ ਵਿੱਚ ਹੈ ਸ਼ਾਇਦ ਵੀਡੀਓ ਤੁਸੀਂ ਵੇਖੀ ਹੋਗੀ ਸ਼ੇਅਰ ਹੁੰਦੀ ਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਅਪਲੋਡ ਹੁੰਦੀਆਂ ਨੇ ਮਿੰਟੋ ਮਿੰਟੀ ਗਾਂ ਦੀਆਂ ਗਾਂ ਲੰਘ ਜਾਂਦੀਆਂ ਨੇ ਕਿਉਂਕਿ ਬੇਅਦਬੀ ਤਾਂ ਇੱਕ ਹੁਣ ਇੱਦਾਂ ਦਾ ਬਣ ਗਿਆ ਨਾ ਉਹ ਛੱਡੋ ਖੇੜਾ ਹਨਾ ਵਾਲਾ ਗੱਲ ਹੋ ਗਈ ਛੱਡੋ ਖੇੜਾ ਹਨਾ ਇਹ ਚੀਜ਼ ਹੋ ਗਈ ਪਰ ਉਹ ਜੇ ਕਿਤੇ ਵੀਡੀਓ ਆ ਜੇ ਤਾਂ ਕਿਤੇ ਇਹਨਾਂ ਨੇ ਇਹਨੂੰ 2 ਹਫ਼ਤੇ ਹਫ਼ਤਾ ਡੇਢ ਹਫ਼ਤਾ ਪਹਿਲਾਂ ਤਾਂ ਨਹੀਂ ਕਿਤੇ ਫੜਿਆ 3-4-5 ਦਿਨ ਪਹਿਲਾਂ ਤਾਂ ਨਹੀਂ ਫੜਿਆ ਕਿਤੇ ਕਿਉਂਕਿ ਹੁਣ ਹਫ਼ਤਾ ਤਾਂ ਇਹ ਵੀ ਹੋ ਗਿਆ ਨਾ ਵੀ ਜਿੱਦਾਂ ਸੰਗਰਾਂ ਨਾਲ ਜੁੜ ਕੇ ਰੱਖਿਆ ਹੋਇਆ ਤੇ ਵੀ ਉੱਤੋਂ ਕੋਈ ਹੁਕਮ ਆਉਂਦਾ ਇੱਧਰੋਂ ਉਦੋਂ ਦਾ ਫੇਰ ਵੇਖਦੇ ਹਾਂ ਮਤਲਬ ਬੜਾ ਵੱਡਾ ਆ ਜਿਹੜੀ ਤੁਸੀਂ ਲਿੰਕ ਜੋੜ ਰਹੇ ਹੋ ਬਹੁਤ ਕੁਝ ਖੁਲਾਸੇ ਹੋਣ ਵਾਲੇ ਨੇ ਇਹਦੇ ਵਿੱਚ ਐਨੀਵੇ ਆਕਾਸ਼ਵਾਣੀ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਤੁਸੀਂ ਕੀਤਾ ਸਾਹਿਬ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਕਾਲ ਕਰ ਸਕਦੇ ਹੋ ਔਰ ਰੰਗਲਾ ਪੰਜਾਬ ਦਾ ਨੰਬਰ ਹੈ 905-813-1320 4167167794 ਪੰਜਾਬ ਦੇ ਮੁੱਖ ਮੰਤਰੀ ਚੰਨੀ ਹੁਣਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਯੂਨੀਵਰਸਿਟੀ ਸਥਾਪਿਤ ਕਰਾਂਗੇ ਭਾਈ ਜੈਤਾ ਚੇਅਰ CM ਚੰਨੀ ਵਾਲਮੀਕ ਤੀਰਥ ਪੁੱਜੇ ਨੇ ਔਰ ਬਾਦਲਾਂ ਤੇ ਕਾਫੀ ਆੜੇ ਹੱਥੀ ਲਿਆ ਉਹਨਾਂ ਨੇ ਦੋਨਾਂ ਨੂੰ ਹਾਂ ਚਾਵਲਾ ਸਾਹਿਬ ਚੰਨੀ ਹੋਰਾਂ ਨੇ ਉੱਥੇ ਬੋਲਦਿਆਂ ਕਿਹਾ ਹੈ ਕਿ ਬੜਾ ਖਜ਼ਾਨਾ ਲੁੱਟ ਕੇ ਖਾਧਾ ਬਾਦਲਾਂ ਨੇ ਸਿੱਧਾ ਕਿਹਾ ਉਹਨੇ ਬਾਦਲਾਂ ਨੇ ਬੜਾ ਖਜ਼ਾਨਾ ਲੁੱਟ ਕੇ ਖਾਧਾ ਅਸੀਂ ਖਜ਼ਾਨਾ ਬਾਦਲਾਂ ਨੂੰ ਲੁਟਾਉਣ ਦੀ ਬਜਾਏ ਆਪਣੇ ਲੋਕਾਂ ਨੂੰ ਲੁਟਾਈਏ ਖਜ਼ਾਨਾ ਅਸੀਂ ਉਹਨਾਂ ਨੂੰ ਥੋੜਾ ਲੁਟਾਉਣਾ ਹੈਗਾ ਕਹਿੰਦਾ ਇੰਨਾ ਕੁਛ ਉਹ ਕਰਦੇ ਨੇ ਉਹਨਾਂ ਨੇ ਇੰਨਾ ਕੁਛ ਕੀਤਾ ਪੰਜਾਬ ਦੇ ਵਿੱਚ ਰੋਟੇ ਖਾ ਲਿਆ ਪੰਜਾਬ ਨੇ ਬੜੇ ਵੱਡੇ ਪੱਧਰ ਦੋਸ਼ ਲਾਏ ਨੇ ਬਾਦਲਾਂ ਦੇ ਉੱਪਰ ਫਿਰ ਬਾਦਲਾਂ ਦਾ ਬਿਆਨ ਵੀ ਆ ਹੀ ਜਾਏਗਾ ਸੁਖਬੀਰ ਬਾਦਲ ਬਿਆਨ ਦੇ ਦੇਣਗੇ ਜਾਂ ਫਿਰ ਦਲਜੀਤ ਚੀਮਾ ਬਿਆਨ ਦੇ ਦੇਗਾ ਇਸ ਬਾਰੇ ਚ ਤੇ ਕਾਫੀ ਕਾਫੀ ਦੋਸ਼ ਲਾਏ ਨੇ ਚੰਨੀ ਨੇ ਇੱਕ ਗੱਲ ਜੀ ਬੜੀ ਅਹਿਮ ਆ ਕਿ ਵਾਲਮੀਕਿ ਸਮਾਜ ਦਾ ਜਿਹੜਾ ਕਿ
ईस्ट हैगे आ मेहता और मैं लिखी आ ते ब्राह्मण वीर नूं पूजदे आ ते जिहड़े हिंदू समाज वीर नूं पूजदा हैगा ते जिहड़े महर्षि वाल्मीकि वी हैगे आ पर वाल्मीकि भाईचारे दा इक वखरे तरह दा उहदा इक संदर्भ हैगा उहनूं अच्छा प्यार करदा जिवें कि डॉक्टर अंबेडकर ने लिखा संविधान भारत दा हैगा पर उहनूं पूजण वाले दलितां नूं वी कहा जांदा जिहड़े कि पूरे भारत दा संविधान लिखण वाला बंदा हैगा इतना महर्षि वाल्मीकि ज्यादा पूजण वाले वाल्मीकि भाईचारे दे लोक ही हैगे आ ਤੇ ਉਸ ਤਹਿਤ ਪੰਜਾਬ ਦੇ ਵਿੱਚ ਸਿਆਸਤ ਵੀ ਗਰਮ ਹੋ ਰਹੀ ਹੈ ਚੱਲਦਾ ਸਭ ਸਿਆਸਤ ਕੀ ਹੋ ਗਈ ਹੈ ਕਿ ਵਾਲਮੀਕ ਭਾਈਚਾਰੇ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਲਾ ਰਿਹਾ ਇਸ ਟਾਈਮ ਕਿਉਂਕਿ ਰਮਦਾਸੀਆ ਭਾਈਚਾਰੇ ਨਾਲ ਸੰਬੰਧਿਤ ਹੈਗੇ ਆ ਚੰਨੀ ਜੀ ਚੰਨੀ ਜੀ ਬਣ ਗਏ ਸੀਐਮ ਕਾਂਗਰਸ ਨੇ ਬਣਾ ਤੇ ਕਿ ਰਮਦਾਸੀਆ ਭਾਈਚਾਰਾ ਸਾਡੇ ਨਾਲ ਹੋ ਜਾਏਗਾ ਪਰ ਰਮਦਾਸੀਆ ਭਾਈਚਾਰਾ ਇੰਨਾ ਨਹੀਂ ਕਿਉਂਕਿ ਖਿੰਡਿਆ ਪਿਆ ਬਹੁਤ ਬੁਰੀ ਤਰ੍ਹਾਂ ਰਮਦਾਸੀਆ ਭਾਈਚਾਰਾ ਬੜੇ ਵੱਖੋ ਵੱਖਰੇ ਇਸ਼ਤਾਂ ਨਾਲ ਕੋਈ ਕਿਤੇ ਕਿਤੇ ਦੇਖਿੰਡਿਆ ਪਿਆ ਇੰਨਾ ਇੱਕ ਯਕਦਮ ਇੱਕ ਪਾਸੇ ਵੋਟ ਨਹੀਂ ਪੈਣੀ ਹੈਗੀ ਰਮਦਾਸੀਆ ਭਾਈਚਾਰੇ ਦੀ ਹਾਂ ਜਿਹੜਾ ਮਜ਼ਹਬੀ ਵਾਲਮੀਕਿ ਭਾਈਚਾਰਾ ਹੈਗਾ ਤੇ ਉਸ ਨੂੰ ਬਾਦਲਾਂ ਨੇ ਬੜੇ ਆਪਣੇ ਪੱਖ ਚ ਕੀਤਾ ਸੀਗਾ ਜਿੱਦਾਂ ਕਿ ਚਰਨਜੀਤ ਸਿੰਘ ਅਟਵਾਲ ਮਜ਼ਹਬੀ ਸਿੰਘਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਪੀਕਰ ਵੀ ਬਣਾਇਆ ਹੈਗਾ ਡਿਪਟੀ ਸਪੀਕਰ ਲੋਕ ਸਭਾ ਦਾ ਬਣਾਇਆ ਉਹਨਾਂ ਨੂੰ ਤੇ ਗੁਲਜਾਰ ਸਿੰਘ ਰਣੀਕੇ ਨੂੰ ਮੰਤਰੀ ਤੱਕ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਾਦਲ ਵੀ ਆ ਹੁਣ ਇਸ ਟਾਈਮ ਇੱਕ ਹਾਂ ਗੁਰਦੇਵ ਸਿੰਘ ਬਾਦਲ ਵੀ ਨਾਲ ਰੱਖਿਆ ਜਿਹੜਾ ਗੁਰਦੇਵ ਸਿੰਘ ਬਾਦਲ ਸੀ ਕਾਫੀ ਉਹਨੇ ਮਜ਼ਹਬੀ ਭਾਈਚਾਰੇ ਨੂੰ ਬਾਦਲਾਂ ਨੇ ਬੜਾ ਉੱਪਰ ਚੁੱਕਿਆ ਇਸ ਕਰਕੇ ਮਜ਼ਹਬੀ ਭਾਈਚਾਰੇ ਨੇ ਬਾਦਲਾਂ ਦੇ ਪੱਖ ਵਿੱਚ ਉਹ ਨਿਵੇ ਵੀ ਹੈਗੇ ਆ ਕਾਫੀ ਵੱਡੇ ਪੱਧਰ ਦੇ ਵੋਟਾਂ ਹੀ ਪਾਈਆਂ ਉਹਨਾਂ ਨੂੰ ਤੇ ਹੁਣ ਜਿਹੜਾ ਉੱਥੇ ਤੀਰਥ ਹੈਗਾ ਵਾਲਮੀਕਿ ਤੀਰਥ ਹੈਗਾ ਅੰਮ੍ਰਿਤਸਰ ਦੇ ਵਿੱਚ ਉੱਥੇ ਜਾ ਕੇ ਚਰਨਜੀਤ ਸਿੰਘ ਚੰਨੀ ਨੇ ਬੜੇ ਵੱਡੇ ਐਲਾਨ ਕੀਤੇ ਆ 80 ਲੱਖ ਰੁਪਇਆ ਉੱਥੇ ਲਾਉਣ ਦਾ ਐਲਾਨ ਵੀ ਕੀਤਾ ਉੱਥੇ ਕੋਈ ਬਣਾਉਣਾ ਹੈਗਾ ਯਾਦਗਾਰ ਕੋਈ ਤੇ ਭਾਈ ਜੈਤਾ ਦੀ ਚੇਅਰ ਬਣਾਉਣ ਦਾ ਵੀ ਐਲਾਨ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜੀ ਭਾਈ ਜੈਤਾ ਮਜ਼ਹਬੀ ਸਿੰਘਾਂ ਦੇ ਵਿੱਚੋਂ ਬੜੇ ਵੱਡੇ ਰੰਗਰੇਟਾ ਗੁਰੂ ਕਾ ਵੀ ਰੰਗਰੇਟਾ ਗੁਰੂ ਕਾ ਵੀ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਵੇ ਯਾਦ ਦੇ ਦਈਏ ਨੌਜਵਾਨ ਪੀੜ੍ਹੀ ਜਾਂ ਜਿਹੜੇ ਸਾਡੇ ਲਿਸਨਰ ਨੇ ਨਿਊ ਜਾਂ ਸਾਰਿਆਂ ਨੂੰ ਪਤਾ ਵੀ ਹੋ ਸਕਦਾ ਫਿਰ ਵੀ ਐਡ ਕਰ ਦਵਾਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਦੋਂ ਕਸ਼ਮੀਰ ਤੋਂ ਪੰਡਿਤ ਆਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਦਰਬਾਰ ਦੇ ਵਿੱਚ ਜਦੋਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਹੁੰਦੀ ਹੈ ਉਸ ਵਕਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਿਹੜਾ ਸਿੰਘ ਜਿਹੜਾ ਯੋਧਾ ਜਿਹੜਾ ਬਹਾਦਰ ਯੋਧਾ ਸਿੱਖ ਕੌਮ ਦੇ ਵਿੱਚ ਹੈ ਉਹ ਸੀਸ ਲੈ ਕੇ ਜਦੋਂ ਅਨੰਦਪੁਰ ਸਾਹਿਬ ਪਹੁੰਚਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਉਸ ਵਕਤ ਗੁਰੂ ਗੋਬਿੰਦ ਰਾਏ ਜੀ ਉਸ ਨੂੰ ਆਪਣੀ ਛਾਤੀ ਨਾਲ ਲਾ ਕੇ ਉਸ ਯੋਧੇ ਨੂੰ ਉਸ ਬਹਾਦਰ ਨੂੰ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਇਹ ਲਿਖਿਆ ਪੜਿਆ ਮਿਲਦਾ ਹੈ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਕਿ ਤੁਸੀਂ ਮੀਡੀਆ ਵਾਲੇ ਜਾਤਾਂ ਪਾਤਾਂ ਨੂੰ ਬੜਾ ਵਧਾਉਂਦੇ ਹੋ ਉਹ ਬਾਈ ਸਾਡਾ ਕੋਈ ਕਸੂਰ ਨਹੀਂ ਜਦੋਂ ਸਾਡੇ ਜਥੇਦਾਰ ਸਾਡੀ ਕੌਮ ਦੇ ਲੀਡਰ ਸਾਡੀ ਕੌਮ ਦਾ ਕੋਈ ਵੀ ਆਗੂ ਬਿਆਨ ਦਿੰਦਾ ਇਹ ਸਾਡੇ ਬਿਆਨ ਉਹਨਾਂ ਦੇ ਹੁੰਦੇ ਨੇ ਸਾਡੇ 'ਤੇ ਐਵੇਂ ਨਾ ਵਰਿਆ ਕਰੋ ਜੇ ਵਾਕਿਆ ਜਿੱਦਣ ਸਿੱਖ ਸਿੱਖ ਬਣ ਜਾਏਗਾ ਗੁਰੂ ਨਾਨਕ ਦਾ ਸਿੱਖ ਬਣ ਜਾਏਗਾ ਖਾਲਸਾ ਬਿਲਕੁਲ ਨਿਰੋਲ ਖਾਲਸਾ ਬਣ ਜਾਏਗਾ ਉੱਧਰ ਦੁਨੀਆ ਦਾ ਮਾਈ ਲਾਲ ਕੋਈ ਮੀਡੀਆ ਮਾਈ ਲਾਲ ਜਿਹੜਾ ਨਹੀਂ ਬੋਲ ਸਕੂਗਾ ਕਿ ਸਿੱਖ ਸਿੱਖ ਸੀ ਗੁਰੂ ਨਾਨਕ ਦਾ ਸਿੱਖ ਸੀ ਜਿੱਦਣ ਵੰਡੀਆਂ ਖਤਮ ਕਰ ਦੋਗੇ ਉੱਦਣ ਅਸੀਂ ਵੀ ਬੋਲਣਾ ਹਟ ਜਾਵਾਂਗੇ ਕਿਉਂਕਿ ਇਹ ਸਾਰੇ ਸਾਡੇ ਲਫ਼ਜ਼ ਨਹੀਂ ਆ ਇਹ ਸਮਾਜ ਦੇ ਘੜੇ ਹੋਏ ਲਫ਼ਜ਼ ਨੇ ਹਾਂਜੀ ਸਰਕਾਰ ਨੇ ਜਿਹੜੀਆਂ ਨੇ ਜੀ ਬਿਲਕੁਲ ਕਾਲ ਲੈ ਲਈ ਆਪਾਂ ਹੈਲੋ ਹੈਲੋ ਭਾਈ ਸਤਿ ਸ੍ਰੀ ਅਕਾਲ ਆਓ ਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਨਾਲੇ ਭਾਜੀ ਕਿੱਦਾਂ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਭਾਜੀ ਆਹ ਜੇ ਆਪਾਂ ਅੱਜ ਗੱਲ ਕਰ ਰਹੇ ਸੀ ਬੇਅਦਬੀ ਦੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਹੋ ਰਿਹਾ ਆ ਮੈਂ ਇਹ ਤਾਂ ਮੇਰਾ ਵਿਚਾਰ ਆ ਤੁਹਾਡੇ ਵੀ ਵਿਚਾਰ ਬਹੁਤ ਵਧੀਆ ਆ ਵੀ ਸ਼ੁਰੂ ਤੋਂ ਇਹ ਆਪਣਾ ਹੀ ਕਿਉਂ ਸਿੱਖੀ ਦਾ ਹੀ ਕਿਉਂ ਇਹ ਕੋਈ ਨਾ ਕੋਈ ਲਾਂਬੂ ਲਾਉਂਦੇ ਆ ਜਿੱਦਾਂ ਕੋਈ ਬੇਅਦਬੀ ਕਰਤੀ ਕਿਤੇ ਅੰਗ ਖਿਲਾਰਤੇ ਕਿਤੇ ਉਹ ਹੋ ਗਿਆ ਏਡਾ ਵੱਡਾ ਅੰਦੋਲਨ ਚੱਲਦਾ ਆ ਕਿੱਡੀ ਵੱਡੀ ਸਾਜਿਸ਼ ਆ ਵੀ ਆਪਾਂ ਨੂੰ ਕਿਉਂ ਇਹ ਆਪਣੇ ਮਗਰ ਪਏ ਆ ਕਦੇ ਆਪਾਂ ਆਪਣੇ ਦੂਸਰੇ ਆਪਣੇ ਭਾਈਚਾਰੇ ਹਿੰਦੂ ਭਾਈਚਾਰੇ ਉਹਨਾਂ ਦੀ ਗੀਤਾ ਚਲੋ ਪਹਿਲਾਂ ਕੀਤਾ ਉਹਨਾਂ ਨੇ ਪਰ ਮੋਸਟਲੀ ਆਪਣਾ ਹੀ ਕਿਉਂ ਕਰਦੇ ਵੀ ਕੋਈ ਨਾ ਕੋਈ ਬਸ ਏਦਾਂ ਦਾ ਹੰਗਾਮਾ ਜਿਹਾ ਕਰ ਦਿਓ ਬਸ ਇਹ ਤਾਂ ਗਲਤ ਆ ਬਹੁਤ ਆਪਣੀ ਉਹਨਾਂ ਦਾ ਛਿੱਤਰ ਤੇਜ ਆ ਹਾਂਜੀ ਦੂਜੀਆਂ ਕੌਮਾਂ ਦੀ ਜੁੱਤੀ ਤੇਜ ਆ ਧੌੜੀ ਦੀ ਜੁੱਤੀ ਤੇਲ ਲਾਇਆ ਉਹਨਾਂ ਦੇ ਮਾਂ ਬਾਪ ਹੈਗੇ ਵਾਰਸ ਹੈਗੇ ਆ
ਸਾਡੇ ਮਾਂ ਮਿੱਟਰ ਬਣਾਤੀ ਆ ਕੌਮ ਸਾਡੇ ਕੌਮ ਦੇ ਜਥੇਦਾਰਾਂ ਨੇ ਨਪੁੰਸਕ ਤੌਰ ਤੇ ਬਣਾ ਸਾਰੇ ਨਾ ਗੁੱਸਾ ਕਰੋ ਸਾਰੇ ਨਹੀਂ ਜਿਹੜੇ ਯੋਧੇ ਜਿੰਦੇ ਨੇ ਉਹਨਾਂ ਨੂੰ ਸਲੂਟ ਆ ਇਹ ਜਿਹੜਾ ਤੁਹਾਡਾ ਦਰਦ ਵਾ ਮੈਂ ਸਿੱਧੇ ਲਫ਼ਜ਼ ਸਪਸ਼ਟ ਤੇ ਕਲੀਅਰ ਮੈਨੂੰ ਵਲ ਪਾ ਕੇ ਗੱਲ ਨਹੀਂ ਕਰਨੀ ਆਉਂਦੀ ਖੇਡ ਬਣਾ ਕੇ ਰੱਖਤੀ ਆ ਕਿਉਂਕਿ ਸਾਡੇ ਕੌਮ ਦੇ ਜਥੇਦਾਰ ਸਾਡੀ ਕੌਮ ਦੇ ਲੀਡਰ ਜਿਹੜੇ ਚੰਗੇ ਨੇ ਉਹ ਸਾਈਡ ਤੇ ਹੋ ਜਾਓ ਇਹ ਧੂਤਿਆਂ ਦਾ ਕੀਤਾ ਹੋਇਆ ਵਾ ਇਹ ਦੇਖ ਲਓ ਆਰਾਮ ਨਾਲ ਤਮਾਸ਼ਾ ਬੈਠੇ ਦੇਖਦੇ ਰਹੇ ਬਿਲਕੁਲ ਬਿਲਕੁਲ ਜਿਹੜੇ ਇੱਥੇ ਪ੍ਰਧਾਨ ਜਗੀਰੋ ਵਰਗੀਆਂ ਬਣੀਆਂ ਕਿਉਂ ਨੀ ਜਗ੍ਹਾ ਤਾਂ ਉੱਥੇ ਦੌੜ ਜਾਂਦਾ ਵੀ ਕਿਉਂ ਏਦਾਂ ਦੀ ਕਿਉਂ ਨੀ ਕੱਢਦੇ ਆਪਣੇ ਕੱਢੋ ਇੱਥੇ ਆਓ ਕਿਹੜਾ ਦੇ ਬਸ ਪੈਸੇ ਨੂੰ ਆ ਪ੍ਰਧਾਨ ਜੀ ਕੱਲ ਪੈਸਾ ਲਾਇਆ ਹੜੱਪ ਲਓ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਬੇਚਾਰੀ ਭੋਲੀ ਭਾਲੀ ਉਹਨਾਂ ਨੂੰ ਇੰਨਾ ਪੈਸਾ ਚੜਾਉਣ ਠੀਕ ਆ ਪਰ ਇੰਨਾ ਬਿਨਾਂ ਚੜਾਉਣ ਕੇ ਇਹਨਾਂ ਦੇ ਚੇਲੇ ਕਹਿਣਗੇ ਬਾਬਾ ਜੀ ਤਨਾ ਕੇ ਨਹੀਂ ਦਿੱਲੀ ਲਾ ਦਿੰਦੇ ਆਪਾਂ ਪੰਖ ਲੱਗੇ ਹੁੰਦੇ ਇਹਨਾਂ ਨੂੰ ਮਿਹਰਬਾਨੀ ਭੈਣ ਜੀ ਥੈਂਕ ਯੂ ਤੁਹਾਡੇ ਦਰਦ ਨੂੰ ਸਮਝਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਗਲੇ ਜੁੱਤੀ ਕਾਇਮ ਆ ਉਹਨਾਂ ਦੀ ਕਰਕੇ ਵੇਖੋ ਹਾਂ ਗੱਲ ਕਿਤੇ ਉਧਰਲੇ ਪਾਸੇ ਮਾਰ ਮਾਰ ਧੌੜੀ ਦੀ ਜੁੱਤੀ ਗੰਜਾ ਨੀ ਕਰ ਦਿੰਦੇ ਅਗਲੇ ਇਹ ਤਾਂ ਵਿਖਾਵਾ ਸਾਡੀ ਕੌਮ ਦੇ ਲੀਡਰ ਕਰਦੇ ਨੇ ਇੱਕ ਸਮਾਂ ਸੀ ਜਦੋਂ ਕਿਤੇ ਪੜ੍ਹੋ ਇਤਿਹਾਸ ਨੂੰ ਕਿਤੇ ਪੰਜਾਬ ਤੋਂ ਬਾਹਰ ਕਿਤੇ ਸਿੱਖ ਕੌਮ ਦੇ ਇੱਕ ਵੀ ਬੰਦੇ ਨੂੰ ਜ਼ਰੂਰਤ ਪੈਂਦੀ ਸੀ ਨਾ ਤਾਂ ਉਹ ਕਹਿੰਦਾ ਮੈਂ ਚੱਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲਿਆ ਮੈਂ ਪੰਜਾਬ ਆਪਣੇ ਆਗੂਆਂ ਕੋ ਤਾਂ ਉਹ ਕਹਿੰਦੇ ਬਹਿ ਕੇ ਇੱਥੇ ਸਾਡੇ ਨਾਲ ਨਿਬੇੜ ਉਹਨਾਂ ਨੂੰ ਨਾ ਬੁਲਾਵੀ ਸਾਡੇ ਨੂੰ ਦੱਸ ਤਾਰੀ ਮੰਗਾਂ ਕੀ ਇਹੀ ਕਰਦੇ ਹਾਂ ਪੂਰੀਆਂ ਮਾਂ ਮਿੱਟਰ ਕੌਮ ਬਣਾਈ ਹੈ ਕੌਮ ਦੇ ਆਗੂਆਂ ਨੇ ਜਿਹੜੇ ਸਿਰਫ ਤਾਂ ਸਿਰਫ ਚੌਧਰ ਦੇ ਭੁੱਖੇ ਨੇ ਗੁਰੂ ਘਰਾਂ ਦੀਆਂ ਗੋਲਕਾਂ ਦੇ ਭੁੱਖੇ ਨੇ ਬਸ ਦੈਸ ਇਟ ਇਹ ਤੋਂ ਵੱਧ ਨਾ ਮੈਂ ਵਧਾਂ ਜਿਹੜੇ ਚੰਗੇ ਨੇ ਉਹ ਗੁੱਸਾ ਨਾ ਕਰਿਓ ਉਹਨਾਂ ਗਿੱਚੀ ਖੁਰਕਿਓ ਭੈਣ ਜੀ ਦਾ ਦਰਦ ਵੇਖ ਲਓ ਤੁਸੀਂ ਖੇਡ ਬਣਾ ਕੇ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਕਤਲ ਹੋਇਆ ਬੇਅਦਬੀ ਕੀਤੀ ਨਹੀਂ ਕੀਤੀ 30,000 ਕਿੰਨੇ ਦਿੱਤਾ ਇਹ ਸਾਰਾ ਹੁਣ ਸਾਹਮਣੇ ਆਉਣਾ ਚਾਹੀਦਾ ਖੈਰ ਅਨੀਵੇ NDPS ਕੋਰਟ ਨੇ ਆਰਿਅਨ ਖਾਨ ਦੀ ਜ਼ਮਾਨਤ ਫੇਰ ਖਾਰਜ ਕਰ ਦਿੱਤੀ ਹੈ ਬੰਬੇ ਹਾਈਕੋਰਟ ਮੈਂ ਪੜ੍ਹ ਰਿਹਾ ਸੀਗਾ ਇੰਨਾ ਕਿਹੜਾ ਜ਼ੁਲਮ ਹੋ ਗਿਆ ਉਹਦੇ ਕੋਲੋਂ ਕੁਇੰਟਲਾਂ ਦੇ ਹਿਸਾਬ ਨਾਲ ਫੜੀ ਗਈ ਆ ਚਾਵਲਾ ਸਾਹਿਬ ਇਹ ਤਾਂ ਖੈਰ ਤੁਸੀਂ ਵੀ ਸਮਝਦੇ ਹੋ ਆਪਾਂ ਸਾਰੇ ਆਪਣੇ ਦਰਸ਼ਕ ਵੀ ਆਪਣੇ ਸੋਚ ਤੋਂ ਸਮਝਦੇ ਗੱਲ ਨੂੰ ਵੀ ਪਿੱਛੇ ਕਾਰਨ ਕੀ ਹੈ ਤੇ ਉਹ ਕਾਰਨ ਨੀ ਸੈੱਟ ਹੋ ਪਾ ਰਿਹਾ NDPS ਕੋਰਟ ਖੈਰ ਵੱਖਰੀ ਤਰ੍ਹਾਂ ਦੀ ਕੋਰਟ ਹੁੰਦੀ ਹੈ ਉਹਨਾਂ ਦੀ ਆਪਣੀ ਕੋਰਟ ਹੈਗੀ ਹੈ ਤੇ ਉਹ ਕੋਰਟ ਸਮਝ ਰਹੀ ਹੈ ਗੱਲ ਨੂੰ ਇਸਨੂੰ ਕਿ ਇਹਦੇ ਕੋਲੋਂ ਜਿਹੜਾ ਫੜਿਆ ਗਿਆ ਕਹਿੰਦੇ ਨੇ ਵੀ ਜਿਹੜੇ ਸਿਆਣਾ ਬੰਦੇ ਦੇ ਕੋਲੋਂ ਪੜ੍ਹੇ ਲਿਖੇ ਬੰਦੇ ਕੋਲੋਂ ਜਿਹੜੇ ਕਿ ਵੱਡੇ ਆਗੂ ਹੀਰੋ ਹੁੰਦੇ ਆ ਸਾਡੇ ਸਮਾਜ ਦੇ ਉਹਨਾਂ ਦੇ ਕੋਲੋਂ ਇਹ ਜਿਹੀਆਂ ਗੈਰ ਕਾਨੂੰਨੀ ਵਸਤਾਂ ਫੜੀਆਂ ਜਾਣੀਆਂ ਜਾਂ ਉਹ ਉਹਨਾਂ ਦੇ ਵਿੱਚ ਸ਼ੁਮਾਰ ਹੋਣਾ ਕਹਿੰਦੇ ਬੜਾ ਵੱਡਾ ਗੁਨਾਹ ਹੈ ਏਦਾਂ ਕਹਿੰਦੇ ਆ ਵੀ ਤੇ ਉਹ ਜੋ NVC ਨੇ ਜੋ ਕੀਤਾ ਨਾ ਉੱਥੇ ਪੇਸ਼ ਕੀਤੇ ਆ ਆਪਣੇ ਪੱਖ ਉਹਨਾਂ ਪੱਖਾਂ ਨੂੰ ਦੇਖਦੇ ਆ ਉਹਨਾਂ ਨੇ ਕਿਹਾ ਕਹਿੰਦੇ ਵੀ ਇਹਨੂੰ ਜ਼ਮਾਨਤ ਦੀ ਦੇਣੀ ਬਣਦੀ ਨੀ ਹੈਗੀ ਆਰਿਅਨ ਖਾਨ ਜੇਲ੍ਹ ਚ ਹੀ ਰਹਿਣਗੇ ਬੇਸ਼ੱਕ 13 ਦਿਨ ਦੀ ਉਹਨਾਂ ਦੀ ਹਿਰਾਸਤ ਜਿਹੜੀ ਕੱਲ ਨੂੰ ਸਮਾਪਤ ਹੋ ਜਾਣੀ ਮੇਰੇ ਖਿਆਲ ਚ ਫਿਰ ਉਹਨਾਂ ਨੂੰ ਕੋਰਟ ਚ ਪੇਸ਼ ਕਰਨਗੇ ਫਿਰ ਜੇਲ੍ਹ ਚ ਭੇਜਣਗੇ ਤੇ ਹੁਣ ਉਹਨਾਂ ਨੇ ਮੁੰਬਈ ਹਾਈਕੋਰਟ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਖਾਨ ਪਰਿਵਾਰ ਨੇ ਤੇ ਮੁੰਬਈ ਹਾਈਕੋਰਟ ਦੇ ਵਿੱਚ ਜਾ ਕੇ ਉਹਦੀ ਜ਼ਮਾਨਤ ਅਰਜ਼ੀ ਲਾਉਣਗੇ ਉਸ ਤੋਂ ਬਾਅਦ ਉਹਨਾਂ ਦਾ ਜੋ ਵੀ ਹੁੰਦਾ ਤੇ ਹੁੰਦਾ ਪਰ ਬੱਚੇ ਨਾਲ ਮਾੜਾ ਹੋ ਰਿਹਾ ਵੈਸੇ ਜਿੰਨਾ ਕਿ ਉਧਵ ਠਾਕਰੇ ਆ ਜੋ ਸ਼ਿਵ ਸੈਨਾ ਹੈਗੀ ਆ ਉਹ ਕਹਿੰਦਾ ਵੀ 3,000 ਕਿਲੋ ਜਿਹੜਾ ਫੜੇਗੀ ਆ ਹੀਰੋ ਨੂੰ ਉੱਥੇ ਵੱਡੀ ਮੁੰਦਰਾ ਬੰਦਰਗਾਹ ਦੇ ਵਿੱਚ ਜੋ ਅਡਾਨੀ ਦੇ ਹੈਗੀ ਆ ਉਹ ਤੋਂ ਵੀ ਕੋਈ ਗੱਲ ਨੀ ਕਰ ਰਿਹਾ ਮੀਡੀਆ ਵਾਲੇ ਆ ਇੱਥੇ ਕਹਿੰਦਾ ਕਿਤੇ ਫੜੀ ਵੀ ਨੀ ਰਹੀ ਵਿਚਾਰਾ ਉੱਥੇ ਉੱਥੇ ਸਮੂਲੀ ਤੇ ਪਾਈ ਗਈ ਆ ਇਹਦੀ ਜੇਲ੍ਹ ਚ ਜ਼ਮਾਨਤ ਵੀ ਨੀ ਹੋ ਰਹੀ ਕਹਿੰਦੇ ਉਧਵ ਠਾਕਰੇ ਗੱਲ ਸੁਣਿਆ ਤਾਂ ਗਲਤ ਚਾਵਲਾ ਸਾਹਿਬ ਕਿਤੇ ਨਾ ਕਿਤੇ ਹੈਗੀ ਆ ਨਾ ਕੋਈ ਨਾ ਕੋਈ ਤਾਂ ਪ੍ਰੋਬਲਮ ਹੈਗੀ ਨੇ ਕਿਤੇ ਨਾ ਕਿਤੇ ਅਦਾਲਤਾਂ ਵਿੱਚ ਵੀ ਰਣਜੀਤ ਸਿੰਘ ਢੱਡੀਆਂ ਵਾਲਾ ਕੱਲ ਬੀਬੀ ਜਗੀਰ ਕੌਰ ਨੇ ਉਹਨੂੰ ਆੜੇ ਹੱਥੀ ਲਿਆ ਸੀਗਾ ਤੇ ਇੱਧਰ ਇੱਕੋ ਪਰਵਾਨਾ ਸਾਹਿਬ ਨੇ ਬੜੇ ਕਿਲ ਕਿਲ ਕੇ ਐਲੀਗੇਸ਼ਨ ਲਾ ਰਹੇ ਨੇ ਹਾਂਜੀ ਬੇਅਦਬੀ ਕਰਾਈ ਗਈ ਹੈ ਬੰਦਾ ਮਾਰਨ ਲਈ ਤਿਆਰ ਕੀਤੇ ਜਾਣ ਤੇ ਵੱਡੇ ਲੋਕਾਂ ਨੇ ਮਰਵਾਇਆ ਜਾਣ ਬੁੱਝ ਕੇ ਇਹ ਢੱਡੀਆਂ ਵਾਲੇ ਨੇ ਐਲੀਗੇਸ਼ਨ ਲਾ ਦਿੱਤਾ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਬਿਆਨ ਆਚਾਰ ਟੱਡਰੇ ਵਾਲੇ ਦਾ ਸਾਹਿਬ ਨੂੰ ਆਪਾਂ ਕੱਲ ਗੱਲ ਕਰ ਰਹੇ ਸੀ ਨਾ ਕਿ ਸਬੂਤ ਨੀ ਆਪਣੇ ਪੂਰੇ ਕੰਕਰੀਟ ਨੀ ਆਪਣੇ ਕੋਲ ਆਏ ਹਜੇ ਆਪਾਂ ਇਹਦੇ ਬਾਰੇ ਗੱਲ ਨੀ ਕਰਨਾ ਚਾਹੁੰਦੇ ਪਰ ਕਿਉਂਕਿ ਟੱਡਰਿਆਂ ਵਾਲੇ ਨੇ ਉਹ ਬਿਆਨ ਦੇ ਤਾ ਅੱਜ ਆਪਾਂ ਗੱਲ ਕਰ ਸਕਦੇ ਹਾਂ ਜੀ ਤੇ ਪਹਿਲੀ ਗੱਲ ਤਾਂ ਉਹਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਕਿਹਾ ਕਿ ਟੱਡਰਿਆਂ ਵਾਲੇ ਦੀ ਨਿੰਦਾ ਕੀਤੀ ਹੈ ਨਿੰਦਾ ਮਤਾ ਪਾਇਆ ਉਹਨਾਂ ਨੇ ਨਿੰਦਾ ਮਤਾ ਪਾਉਂਦਿਆਂ ਨੇ ਕਿਹਾ ਕਿ ਉਹਨਾਂ ਨੇ ਸੰਗਤ ਨੂੰ ਦਰਬਾਰ ਸਾਹਿਬ ਆਉਣ ਤੋਂ ਡਰਾਇਆ ਹੈਗਾ ਹਰਿਮੰਦਰ ਸਾਹਿਬ ਆਉਣ ਤੋਂ ਡਰਾਇਆ ਹੈਗਾ ਕਹਿੰਦਾ ਇਹ ਬਿਲਕੁਲ ਹੀ ਬੀਬੀ ਜਗੀਰ ਕੌਰ ਦਾ ਜਿਹੜਾ ਬਿਆਨ ਹੈ ਬਿਲਕੁਲ ਹੀ ਮੈਨੀਪੂਲੇਟਡ ਬਿਆਨ ਆ ਦਰਬਾਰ ਸਾਹਿਬ ਕੀ ਹੁੰਦਾ ਕਹਿੰਦਾ ਫਰਜ਼ ਕਰ ਲਓ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਪਟਿਆਲਾ ਹੈਗਾ
ਉੱਥੇ ਇੱਕ ਲੰਗਰ ਹਾਲ ਹੈ, ਉੱਥੇ ਇੱਕ ਤਲਾਅ ਹੈਗਾ, ਸਰੋਵਰ ਹੈਗਾ, ਤੇ ਉੱਥੇ ਇੱਕ ਜਿਹੜਾ ਸਾਹ ਹੈਗੀ ਆ, ਤੇ ਉੱਥੇ ਲੰਗਰ ਨੂੰ ਲੰਗਰ ਵਾਲਾ ਕਹਿੰਦੇ ਆਪਾਂ ਜੀ. ਇੱਕ ਇੱਕ ਹੈਗਾ ਜਿੱਥੇ ਕਿ ਸਾਡੇ ਗੁਰੂਆਂ ਸਾਹਿਬ ਆ, ਇਹਨੂੰ ਦਰਬਾਰ ਸਾਹਿਬ ਕਹਿੰਦੇ ਆ ਆਪਾਂ. ਦਰਬਾਰ ਸਾਹਿਬ ਉਹ ਤਾਂ ਹਰਿਮੰਦਰ ਸਾਹਿਬ ਆ, ਉੱਥੇ ਤਾਂ ਦੁਨੀਆਂ ਜਾਂਦੀ ਆ ਲੱਖਾਂ. ਮੈਂ ਕਿਹਾ ਸੀਗਾ ਕਿ ਜਿੱਥੇ ਦੁਪਹਿਰ ਨੂੰ ਕੋਈ ਨਾ ਹੋਵੇ ਉੱਥੇ ਨਾ ਤੁਸੀਂ ਅੰਦਰ ਜਾਇਓ ਰੁਮਾਲਾ ਵਾਲਿਓ, ਉੱਥੇ ਤੁਸੀਂ ਜਦੋਂ ਅੰਦਰ ਜਾ ਕੇ ਬਾਹਰ ਆਓਗੇ ਤਾਂ ਕੋਈ ਪਤਾ ਨੀ ਤੁਹਾਡੇ ਉੱਤੇ ਕੋਈ ਅਟੈਕ ਕਰਦੇ. ਮੈਂ ਤਾਂ ਖਬਰਦਾਰ ਕੀਤਾ ਹੈਗਾ, ਮੈਂ ਕੋਈ ਇਹ ਨੀ ਕਿਹਾ ਕਿ ਤੁਸੀਂ ਉਹਨੂੰ ਮਾਰਨਗੇ ਜਿੱਦਾਂ ਕਰਨਗੇ. ਅਕਸਰ ਏਦਾਂ ਹੁੰਦਾ ਕਿ ਕੋਈ ਬੰਦਾ ਵੀ ਗਰੀਬਣਾ ਜਾਵੇ ਕਿਤੇ ਉੱਥੇ ਜਾ ਕੇ ਉਹਦੇ ਨਾਲ ਮਾੜਾ ਹੋਵੇ. ਮੈਂ ਤਾਂ ਇਹ ਖਬਰਦਾਰ ਕੀਤਾ ਦੋਨੋਂ ਪਿੰਡਾਂ ਨੂੰ. ਵੇਖੋ ਦਰਬਾਰ ਸਾਹਿਬ ਹਾਂ, ਜਿੱਥੇ ਆਪਾਂ ਬੈਠੇ ਹਾਂ ਦਰਬਾਰ ਤੇ ਉਹ ਬਣ ਗਿਆ ਗੁਰੂ ਦਾ, ਜਿੱਥੇ ਗੁਰੂ ਜੀ ਸੁਭਾਏਮਾਨ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ, ਉੱਥੇ ਦਰਬਾਰ ਆਪਾਂ ਕਹਿ ਦਿੰਦੇ ਹਾਂ. ਆਹ ਦਰਬਾਰ ਵਾਲੇ ਪਾਸੇ ਨੂੰ ਚੱਲੇ ਆ, ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਣ ਚੱਲੇ ਆ. ਮੈਂ ਕੋਈ ਢੱਡਿਆਂਵਾਲੇ ਦਾ ਕੋਈ ਪਾਸ਼ਕ ਨਹੀਂ ਗਾ, ਪਰ ਜਿਹੜੀ ਗੱਲ ਨੂੰ ਟਵਿਸਟ ਕੀਤਾ ਜਾ ਰਿਹਾ ਉਹਦੀ ਗੱਲ ਮੈਂ ਕਰ ਰਿਹਾ. ਆਪਣੇ ਕੋਲ 8 ਮਿੰਟ ਦੇ 2 ਖਬਰਾਂ ਨੇ. ਮੁੱਦੀ ਇੱਕ ਹੋਰ ਗੱਲ ਦੱਸਦਾ, ਜਿਹੜੀ ਬੇਅਦਬੀ ਦੀ ਗੱਲ ਆ ਉਹਨੇ ਕਹੀ ਆ. ਹਾਂਜੀ, ਉਹ ਕਹਿੰਦਾ ਬੜੀ 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 ਵੱਡੀ ਗੱਲ ਆ, ਜਿਹੜੀ ਬਹੁਤ ਵੱਡੀ ਗੱਲ ਕਹੇਗਾ ਬੰਦਾ. ਉਹ ਕਹਿੰਦਾ ਵੀ ਤਿਆਰ ਕੀਤਾ ਗਿਆ ਬੰਦਾ ਮਰਨ ਵਾਸਤੇ. ਉਹ ਜਿਹੜਾ ਬੰਦਾ ਹੈਗਾ ਉਹ ਪਹਿਲਾਂ ਉਧਰ ਨੂੰ ਉਹਨੂੰ ਉਹਦਾ ਹਿਪਨੋਟਾਈਜ਼ ਕੀਤਾ, ਉਹਨੂੰ ਹਿਪਨੋਟਾਈਜ਼ ਕਰਕੇ ਉਹਨੂੰ ਭੰਗ ਪਿਲਾਈ ਗਈ. ਇਹ ਗੱਲ ਕਹਿੰਦਾ ਉਹਨੂੰ ਭੰਗ ਪਿਲਾਈ ਗਈ, ਭੰਗ ਪਿਲਾ ਕੇ ਉੱਥੇ ਉਹਨੂੰ ਤੋਰਿਆ ਗਿਆ, ਉੱਥੇ ਤਿਆਰ ਕੀਤਾ ਬੰਦਾ ਹੋਈ ਕੰਮ ਕਰਨ ਵਾਸਤੇ. ਦੂਜੇ ਪਾਸੇ ਉਹ ਬੰਦਿਆਂ ਨੂੰ ਵੀ ਕੀਤਾ ਗਿਆ ਤਿਆਰ ਜਿਹੜੇ ਉਹਨਾਂ ਨੂੰ ਮਾਰਨਾ ਸੀਗਾ, ਉਹ ਬੰਦੇ ਵੀ ਪਹਿਲਾਂ ਤਿਆਰ ਕੀਤੇ ਗਏ. ਇਹ ਕਿਹਨੇ ਕੀਤੇ ਆ? ਇਹ ਵੱਡੇ ਬੰਦੇ ਨੇ, ਕੋਈ ਬਹੁਤ ਵੱਡੇ ਬੰਦੇ ਨੇ ਜਿਹਨਾਂ ਨੇ ਕਿਸਾਨੀ ਸੰਘਰਸ਼ ਨੂੰ ਤਾਰ ਪਿੱਡੋ ਕਰਨ ਵਾਸਤੇ ਇਹ ਮੁੱਦਾ ਪੈਦਾ ਕੀਤਾ. ਉਹਨਾਂ ਨੇ ਕਹਿੰਦਾ ਅਸਲ ਚ ਮੁੱਦਾ ਇਹ ਹੈ, ਇਹ ਸਪਸ਼ਟ ਹੋ ਰਿਹਾ. ਇਹ ਢੱਡਿਆਂ ਵਾਲੇ ਦਾ ਬਹੁਤ ਵੱਡਾ ਬਿਆਨ ਆ ਤੇ ਇੱਕ ਮਾਮੂਲੀ ਬਿਆਨ ਨਹੀਂ, ਤੇ ਇਸ ਪਿੱਛੇ ਜੇਕਰ ਪੂਰੀ ਪੜਤਾਲ ਹੁੰਦੀ ਆ ਤਾਂ ਢੱਡਿਆਂ ਵਾਲਾ ਮੈਂ ਜ਼ਿੰਮੇਵਾਰ ਬਿਆਨ ਦੇ ਰਿਹਾ, ਬੜਾ ਵੱਡਾ ਬਿਆਨ ਦੇ ਰਿਹਾ. ਬਹੁਤ ਵੱਡੇ ਬਿਆਨ ਤਿਆਰ ਕੀਤਾ ਗਿਆ ਵੱਡੇ ਬੰਦਿਆਂ ਵੱਲੋਂ ਤਿਆਰ ਕੀਤਾ ਗਿਆ, ਉਹ ਵੀ ਜਿਹੜਾ ਬੰਦਾ ਉੱਥੇ ਗਿਆ ਮਰਨ ਵਾਸਤੇ, ਮਾਰਨ ਵਾਲਾ ਵੀ ਤਿਆਰ ਕੀਤਾ ਗਿਆ. ਉਹ ਤਿਆਰ ਕੀਤੇ ਗਏ ਬੰਦੇ ਨੇ ਰੈਲੀ. ਖਬਰਾਂ ਉੱਥੋਂ ਦੀਆਂ ਆਈਆਂ ਨੇ, ਸੁਰਖੀਆਂ ਲੱਗੀਆਂ ਨੇ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਦੋ ਖਬਰਾਂ ਬੜੀਆਂ ਵੱਡੀਆਂ ਨੇ. ਇੱਕ ਤਾਂ ਜਿਹੜਾ ਆਂਗਨਵਾੜੀ ਦਾ ਇੱਕ ਹੈਡ ਹੈਗਾ, ਉਸ ਦੀ ਵਟਸਐਪ ਉੱਤੇ ਕੀਤੀ ਗਈ ਚਾਟ ਲੀਕ ਹੋ ਗਈ ਹੈ ਕਿਤੇ, ਉਹ ਲੀਕ ਹੋ ਗਈ ਤੇ ਮੀਡੀਆ ਕੋਲ ਆ ਗਈ, ਜਿਹੜਾ ਕਿ ਗੋਦੀ ਮੀਡੀਆ ਨੀ ਹੈਗਾ, ਜਿਹੜਾ ਕਿ ਸੱਚੀ ਮੁੱਚੀ ਅੱਜ ਕੱਲ ਕੰਮ ਕਰ ਰਿਹਾ ਵਧੀਆ, ਟੀਵੀ ਚੈਨਲ ਜਿਹੜੇ ਯੂਟਿਊਬ ਚੈਨਲ ਇਹਨਾਂ ਕੋਲ ਚਲਾ ਰਿਹਾ. ਉਹਨਾਂ ਨੇ ਫਿਰ ਉਹ ਪੂਰਾ ਖੰਗਾਲ ਲਿਆ ਤੇ ਉਹਨੇ ਸਪਸ਼ਟ ਕੀਤਾ, ਉਹ ਪੂਰੀ ਚਾੜ ਦਿਖਾ ਦਿੱਤੀ ਗਈ ਆ ਕਿ ਉਹਨਾਂ ਨੇ ਜ਼ਬਰਦਸਤੀ ਕਹਿ ਰਹੇ ਨੇ ਕਿ ਬਿਨਾਂ ਵਰਦੀ ਤੋਂ ਆਪਣੇ ਘਰੇਲੂ ਕੱਪੜੇ ਪਾ ਕੇ ਆਉਣਾ, ਤੁਸੀਂ ਆਪਣੇ ਘਰੇਲੂ ਕੱਪੜੇ ਪਾ ਕੇ ਆਉਣਾ, ਆਮ ਸਿੰਪਲ ਕੱਪੜੇ ਪਾ ਕੇ ਆਉਣਾ, ਕਿਉਂਕਿ ਮਹਾਨ ਸਾਡੇ ਮਹਾਨ ਪ੍ਰਧਾਨ ਮੰਤਰੀ ਜੀ ਦੀ ਰੈਲੀ ਆ, ਉਹਦੇ ਵਿੱਚ ਤੁਸੀਂ ਆਉਣਾ ਤੇ ਉਹਦੇ ਵਿੱਚ ਨਾਅਰੇਬਾਜ਼ੀ ਵੀ ਕਰਨੀ ਆ ਆਂਗਨਵਾੜੀ ਵਾਲਿਆਂ ਨੂੰ ਸਪੈਸ਼ਲ, ਤੇ ਇੱਕ ਨੀ ਆਉਣਾ ਨਾਲ ਬੰਦੇ ਵੀ ਲੈ ਕੇ ਆਉਣੇ ਨੇ. ਤਿੰਨ ਤਿੰਨ ਟਵੀਟ ਜਿਹੜੇ ਸਾਹਮਣੇ ਆਏ ਤੇ ਉਸ ਤੋਂ ਬਾਅਦ ਫਿਰ ਉਸ ਦੀ ਜਿਹੜੀ ਵਟਸਐਪ ਲੀਕ ਆ ਉਹ ਕਈ ਉਹਨਾਂ ਦੇ ਅੱਗੇ ਤੋਂ ਅੱਗੇ ਚੱਲ ਰਹੇ ਨੇ, ਵੱਖੋ ਵੱਖਰੇ ਤਰੀਕੇ ਨਾਲ ਉਹ ਲੀਕ ਕਾਫੀ ਹੋਈ ਹੈ. ਤਾਂ ਇਹ ਗੱਲ ਆ ਵੀ ਕਿੱਦਾਂ ਸਰਕਾਰੀ ਪ੍ਰਮਾਣ ਜਾਰੀ ਹੁੰਦੇ ਨੇ, ਜਿਵੇਂ ਕਿ ਕਸਿਆ ਵਰਧਾ ਫਾਰਮਾ ਜਿੱਥੇ ਮੋਦੀ ਰੈਲੀ ਸੀਗੀ ਤੇ ਉਸ ਸੰਬੰਧ ਵਿੱਚ ਕਿੱਦਾਂ ਉਹਨਾਂ ਨੇ ਕਰਕੇ ਜਾਰੀ ਤੇ ਲੋਕ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਕੱਟ ਫਿਰ ਵੀ ਨੀ ਹੋਇਆ. ਕੰਪਿਊਟਰ ਬਾਬਾ ਹੈਗੇ ਆ ਚਾਵਲਾ ਸਾਹਿਬ, ਇਹ ਮੇਰੇ ਖਿਆਲ ਚ ਪਹਿਲਾਂ ਕਾਂਗਰਸ ਵੱਲੋਂ ਚੋਣ ਲੜੇ ਸੀਗੇ ਤੇ ਬਾਅਦ ਵਿੱਚ ਫਿਰ ਇਹਨਾਂ ਦੇ ਕੰਪਿਊਟਰ ਬਾਬਾ ਨਾਂ ਪੈ ਗਿਆ ਸੀਗਾ, ਕੋਈ ਅਜਿਹਾ ਕੰਮ ਕੀਤਾ ਸੀ ਇਹਨਾਂ ਨੇ. ਇਹਨਾਂ ਨੇ ਉਹੀ ਪ੍ਰੀਗਿਆ ਖਾਤਰ ਆਪਾਂ ਜਾਣਦੇ ਹਾਂ ਕੌਣ ਪ੍ਰੀਗਿਆ ਠਾਕਰ, ਜਿਹਦੇ ਉੱਤੇ ਬੰਬ ਕਾਂਡ ਦਾ ਕੇਸ ਚੱਲ ਰਿਹਾ ਇਸ ਟਾਈਮ ਵੀ, ਹੁਣ ਵੀ ਕੇਸ ਚੱਲ ਰਿਹਾ ਤੇ ਬੰਬ ਕਾਂਡ ਦਾ, ਤੇ ਉਸ ਪ੍ਰੀਗਿਆ ਠਾਕੁਰ ਨੂੰ ਤੇ ਭਾਜਪਾ ਦੇ ਐਮ ਪੀ ਨੂੰ ਹੈਸ਼ਟੈਗ ਕਰਕੇ ਉਹਨੇ ਕਿਹਾ ਸੀ ਭਾਜਪਾ ਧਰਮੀਆਂ ਦੀ ਪਾਰਟੀ ਜਿਹਨੂੰ ਤੁਸੀਂ ਕਿਹਾ, ਇਸ ਕਰਕੇ ਭਾਜਪਾ ਨੇ ਬੜਾ ਗੁੱਸਾ ਆਇਆ. ਟਰੱਕ ਆਇਆ, ਇਹ ਜਾ ਰਹੇ ਸੀਗੇ, ਟਰੱਕ ਆਇਆ, ਟਰੱਕ ਨੇ ਅਚਾਨਕ ਟੱਕਰ ਮਾਰੀ, ਬਾਬਾ ਤਾਂ ਗਿਰ ਗਿਆ, ਇਹ ਤਾਂ ਖੈਰ ਬਚ ਗਿਆ, ਉਹਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਕਾਫੀ, ਗੱਡੀ ਬਿਲਕੁਲ ਨੁਕਸਾਨੀ ਗਈ ਆ, ਗੱਡੀ ਜਿਹੜੀ ਹੈਗੀ ਆ ਉਹ ਬਿਲਕੁਲ ਮੂਹਰੇ ਤਬਾਹ ਹੋ ਚੁੱਕੀ ਆ ਤੇ ਇਹ ਉਹਤੇ ਕਾਰਾ ਕੀਤਾ ਗਿਆ. ਚਾਵਲਾ ਸਾਹਿਬ, ਮੁਸਲਮਾਨ ਯੁਵਕ ਨੂੰ ਇਸ ਕਰਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਕਿ ਉਹਦਾ ਮੋਢਾ ਉਹਦੇ ਨਾਲ ਖਹਿ ਗਿਆ ਸੀ. ਕਿਆ ਬਾਬਾ,
ਇਹੋ ਜਿਹਾ ਬੰਦਾ ਰੱਬ ਨਾ ਕਰੇ ਕਿਤੇ ਹਸਪੀਟਲ 'ਚ ਪਿਆ ਹੋਵੇ, ਬਲੱਡ ਦੀ ਕਿਤੇ ਲੋੜ ਹੋਵੇ ਅਤੇ ਬੈਂਕ ਦੇ ਵਿੱਚੋਂ ਲਿਆ ਕੇ ਬਲੱਡ ਬੈਂਕ 'ਚੋਂ ਖੂਨ ਚਾੜਿਆ, ਫਿਰ ਨਹੀਂ ਪੁੱਛਦਾ ਵੀ ਖੂਨ ਕਿਹਦਾ, ਮੋਢਾ ਖਹਿ ਗਿਆ। ਭਾਈ ਤੂੰ ਟ੍ਰੇਨ 'ਚ ਚੜਿਆ, ਉਦੋਂ ਜਦੋਂ ਤੂੰ ਇਹਨੂੰ ਫੜਿਆ ਵਾ ਉਦੋਂ ਵੀ ਤਾਂ ਕਿਸੇ ਹੱਥ ਲਾਏ ਉਹਨੂੰ ਤੂੰ ਗੇਟ ਨੂੰ, ਉਦੋਂ ਵੀ ਤਾਂ ਕਿਸੇ ਦੇ ਹੱਥ ਲੱਗੇ ਉੱਥੇ। ਵੱਡਾ ਬੋਲਦਾ ਬਹੁਤ ਕੁਛ ਬੋਲਦਾ, ਉਹ ਬਹੁਤ ਕੁਛ ਅੱਗ ਉਗਲਦਾ, ਉਹ ਵੀ ਚੇਲੀ ਆ ਇਹ, ਤੇ ਇਸ ਨੇ ਉਸ ਮੁਸਲਮਾਨ ਯੁਵਕ ਨੂੰ ਉਹ ਕੁੱਟ ਕੇ ਆਪਣੇ ਪੈਰੀ ਕਿਹੜੀ ਪੈਰੀ ਪਾਏ ਹਰਾਮ ਜਾਂਦੇ ਬੜੇ। ਅੱਛਾ ਜਦੋਂ ਉਹਦਾ ਮੋਢਾ ਮੋਢਾ ਖਹਿ ਗਿਆ ਤੇ ਉਦੋਂ ਕੋਈ ਵੱਡੀ ਗੱਲ ਹੋ ਗਈ, ਤੇ ਜਦੋਂ ਹੱਥਾਂ ਨਾਲ ਕੁੱਟਿਆ ਉਦੋਂ ਨੀ ਪਿਸਟਿਆ ਗਿਆ ਬੰਦਾ ਜਿਹੜੇ ਕੁੱਟਣ ਵਾਲੇ ਉਹਦੇ ਚੇਲੇ? ਉਹਨੇ ਪਿਸਟੀ ਗਈ, ਕਹਿੰਦੀ ਉਹਨੇ ਕਹਿੰਦੀ ਹੈ ਕਿ ਇੱਕ ਦੁਸ਼ਟ ਨੂੰ ਅੱਜ ਮੈਂ ਸੋਧਿਆ, ਟਵਿੱਟਰ ਤੇ ਪਾ ਰਹੀ ਹੈ ਆਪਣੀ ਵੀਡੀਓ ਪਾ ਰਹੀ ਹੈ ਟਵਿੱਟਰ ਤੇ, ਦੁਸ਼ਟ ਸੋਧਿਆ ਅੱਜ ਮੈਂ, ਕਹਿੰਦੀ ਉਹਦੇ ਮਗਰ ਥੱਲੇ ਅੰਗੂਠੇ ਖੜੇ ਕਰਨ ਵਾਲਿਆਂ ਦੀ ਵੀ ਵਾਰ ਨੀ ਵੱਜਦੀ ਹੋਣੀ। ਮਾਂ ਮਧੁਰਾ ਬਾਰੀ ਗੁੱਡ ਡਨ, ਗੁੱਡ ਜੋਬ, ਗੁੱਡ ਜੋਬ, ਗੁੱਡ ਜੋਬ, ਗੁੱਡ ਜੋਬ, ਉਹਦੇ ਬੜੇ ਨਾ ਨਾ ਬਹੁਤ ਸਟ੍ਰਿਕਟ ਹੋਏ ਚੱਲਦਾ ਸਾਹਿਬ, ਇੰਨੇ ਨਹੀਂ ਹੋਏ ਗੁੱਡ ਵਾਲੇ, ਕੋਈ ਬਹੁਤ ਘੱਟ ਹੋਏ ਨੇ, ਚਲੋ ਸਟ੍ਰਿਕਟ ਹੋਈ ਆ ਉਹਨਾਂ ਵੱਲੋਂ ਕੀਤੀ ਗਈ ਆ ਬਹੁਤ ਜ਼ਿਆਦਾ ਜਿਹਦੇ ਉਹਦੇ ਵਿਰੁੱਧ ਸੀ। ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।